ਆਖਿਰਕਾਰ ਲੱਭ ਗਿਆ ਮਾਪਿਆਂ ਦਾ ਗੁਆਚਿਆ ਪੁੱਤ, ਹਰਿਮੰਦਰ ਸਾਹਿਬ 'ਚ ਮਿਲਿਆ ਸੇਵਾ ਕਰਦਾ। ਪਰਿਵਾਰ ਨੂੰ ਬਿਨਾਂ ਦੱਸੇ ਚਲਾ ਗਿਆ ਸੀ ਮੱਥਾ ਟੇਕਣ। ਪੁਲਿਸ ਨੇ ਬੱਚੇ ਨੂੰ ਲੱਭਣ 'ਚ ਅਦਾ ਕੀਤਾ ਅਹਿਮ ਰੋਲ। ਤਾਂ ਦੱਸ ਦੇ ਕਿ ਬੀਤੀ 7 ਜੁਲਾਈ ਦਿਨ ਐਤਵਾਰ ਤੋਂ ਇਹ ਬੱਚਾ ਲਾਪਤਾ ਚੱਲ ਰਿਹਾ ਸੀ, ਜਿਸਦਾ ਨਾਮ ਜਸਕਰਨ ਸਿੰਘ ਹੈ ਅਤੇ ਉਮਰ 12 ਸਾਲ, ਅਤੇ ਹੁਣੇ ਹਰਿਮੰਦਰ ਸਾਹਿਬ ਤੋਂ ਮਿਲਿਆ। ਤਾਂ ਪੁਲਿਸ ਦੇ ਅਨੁਸਾਰ ਇਹ ਬੱਚਾ ਘਰੇ ਬਿਨਾਂ ਦੱਸੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਚਲਾ ਗਿਆ ਸੀ। ਤਾਂ ਦੱਸ ਦੇ ਕਿ ਬੱਚਾ ਫਤਿਹਗੜ੍ਹ ਸਾਹਿਬ ਦਾ ਹੈ, ਜਿੱਥੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਬੀਤੀ 7 ਜੁਲਾਈ ਦਿਨ ਐਤਵਾਰ ਨੂੰ ਉਹਨਾਂ ਦੇ ਕੋਲ ਅਲੀਪੁਰ ਸੰਧਲ ਤੋਂ ਆਏ ਪਰਵਿੰਦਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਉਸਦਾ ਲੜਕਾ ਜਸਕਰਨ ਸਿੰਘ, ਜਿਸਦੀ ਉਮਰ 12 ਸਾਲ ਹੈ, 7 ਜੁਲਾਈ ਨੂੰ ਗੁਆਚ ਗਿਆ, ਜੋ ਕਿ ਘਰ ਵਾਪਸ ਨਹੀਂ ਆਇਆ। ਉਹਨਾਂ ਵੱਲੋਂ ਬੱਚੇ ਦੀਆਂ ਫੋਟੋਆਂ ਵੀ ਉਹਨਾਂ ਨੂੰ ਸ਼ੇਅਰ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਖ ਵੱਖ ਸਟੇਸ਼ਨਾਂ ਤੱਕ ਉਸ ਬੱਚੇ ਦੀਆਂ ਫੋਟੋਆਂ ਪਹੁੰਚਾਈਆਂ ਗਈਆਂ, ਅਤੇ ਸੋਸ਼ਲ ਮੀਡੀਆ 'ਤੇ ਵੀ ਉਸ ਬੱਚੇ ਦੀਆਂ ਫੋਟੋ ਹੈ ਜਿਹੜੀ ਉਹ ਸ਼ੇਅਰ ਕੀਤੀ ਗਈ, ਤਾਂ ਕਿ ਬੱਚੇ ਦੀ ਜਾਣਕਾਰੀ ਜਲਦ ਤੋਂ ਜਲਦ ਮਿਲੇ। ਅਤੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਚੌਂਕੀ ਦੇ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਇਹ ਬੱਚਾ ਹਰਿਮੰਦਰ ਸਾਹਿਬ ਵਿਖੇ ਲੰਗਰ ਘਰ ਦੇ ਵਿੱਚ ਸੇਵਾ ਕਰ ਰਿਹਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਬੱਚੇ ਦੇ ਮਾਪਿਆਂ ਦੇ ਨਾਲ ਸੰਪਰਕ ਕਰਕੇ ਇਸ ਦੀ ਫੋਟੋ ਦਿਖਾਈ। ਇਸ ਤੋਂ ਬਾਅਦ ਅਮਲੋ ਪੁਲਿਸ ਦੇ ਵੱਲੋਂ ਬੱਚਾ ਅੰਮ੍ਰਿਤਸਰ ਤੋਂ ਲਿਆ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੱਚਾ 7 ਜੁਲਾਈ ਨੂੰ ਬਿਨਾਂ ਦੱਸੇ ਘਰ ਤੋਂ ਚਲੇ ਗਿਆ ਸੀ, ਅਤੇ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ 7 ਦਿਨਾਂ ਬਾਅਦ ਇਹ ਬੱਚਾ ਲੱਭ ਗਿਆ। ਅਸੀਂ ਵੀ ਜੇ ਤੁਸੀਂ 137 ਦੋ ਜਿਵੇਂ ਪਹਿਲਾਂ 365 ਹੁੰਦਾ ਸੀ, ਪਰ ਫਿਰ ਦਰਦ ਕਰਦੀ ਸੀ ਵੀ ਬੱਚਾ ਕੱਲ੍ਹ ਤੋਂ ਬੇਸਕ ਹੋ ਜਾਂਦੀ ਪ੍ਰੋਬਲਮ। ਉਸ ਤੋਂ ਬਾਅਦ ਅਸੀਂ ਆਪਣੇ ਵੱਲੋਂ ਫੋਟੋਆਂ ਲੈ ਕੇ ਬੱਚੇ ਦੀਆਂ ਇਸ਼ਤਿਹਾਰ ਸ਼ੋਰ ਕੋਲ ਜਾਰੀ ਕਰ ਦਿੰਦੇ ਹਾਂ, ਰੇਲਵੇ ਸਟੇਸ਼ਨਾਂ 'ਤੇ, ਬੱਸ ਸਟੈਂਡ 'ਚ, ਉਹ ਅਸੀਂ ਤਾਂ ਥਰੂ ਕੰਟਰੋਲ ਰੂਮ ਸਾਰੇ ਪੰਜਾਬ 'ਚ, ਹਰਿਆਣੇ 'ਚ, ਦਿੱਲੀ 'ਚ ਸਰਕੂਲੇਟ ਹੋ ਜਾਂਦਾ। ਸਾਡੇ ਨੰਬਰ ਲਿਖੇ ਜੀ ਉਹਦੇ 'ਤੇ, ਮੇਰਾ ਹੁੰਦਾ, ਪਤੀਸ਼ੀ ਦਾ ਹੁੰਦਾ, ਮੋਰਚੀ ਦਾ ਹੁੰਦਾ, ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਦਾ। ਉਸ ਤੋਂ ਬਾਅਦ ਜਦੋਂ ਉੱਥੇ ਬੱਚਾ ਚਲਾ ਗਿਆ, ਉਹ ਪਹੁੰਚ ਗਿਆ ਸਾਡੇ ਸਰਕਲਾਂ 'ਚ, ਫਿਰ ਖਾਸ ਕਰਕੇ ਜਿਵੇਂ ਨੈਣਾ ਦੇਵੀ ਜਾ ਕੇ ਆਏ ਸੀ ਪਾਰਟੀ, ਉੱਥੇ ਦੇਖਿਆ, ਸਾਨੂੰ ਸ਼ੱਕ ਸੀਗੀ ਵੀ ਇਹ ਸੋਚ ਸੀ ਵੀ ਨੈਣਾ ਦੇਵੀ ਜਾ ਸਕਦੇ, ਪਰ ਉੱਥੇ ਨਹੀਂ ਗਿਆ। ਫਿਰ ਮੈਂ ਹਰਿਮੰਦਰ ਸਾਹਿਬ, ਮੇਰੇ ਨਾਲ ਦਾ ਮੁੰਡਾ ਉੱਥੇ ਲੱਗਿਆ ਚੌਕੀ 'ਚ ਲੱਗੀ ਹੋਈ, ਅਸੀਂ ਉਹਨੂੰ ਤਾਲਮੇਲ ਕੀਤਾ, ਜਲੰਧਰ ਕੀਤਾ, ਕੀ ਜਿਹਾ ਤਾਲਮੇਲ ਕੀਤਾ, ਪਰ ਨਹੀਂ ਲੱਗਿਆ ਪਤਾ। ਆਖਰ ਕੀ ਹੋਇਆ, ਇਹਨਾਂ ਨੂੰ ਵੀ ਫੋਨ ਆ ਗਿਆ, ਮੈਨੂੰ ਵੀ ਫੋਨ ਆ ਗਿਆ ਉਹਨਾਂ ਦਾ, ਕਿਉਂਕਿ ਨਾ ਵੀ ਬੰਦਾ ਬੱਚਾ 4-5 ਦਿਨ ਤੋਂ ਜੋ ਸੇਵਾਦਾਰ ਦੱਸਦੇ ਆ ਲੰਗਰ ਵਾਲੇ ਵਾਲੇ, ਉੱਥੇ ਕੰਮ ਕਰਕੇ 2-3 ਘੰਟੇ ਗੈਪ ਰਹਿ ਕੇ ਫਿਰ ਆ ਜਾਂਦਾ ਉੱਥੇ ਕੰਮ ਕਰ। ਫੋਨ ਕਿਹਦਾ ਆਇਆ? ਚੌਕੀ 'ਚ। ਅੱਛਾ, ਮੈਨੂੰ ਆਇਆ। ਫਿਰ ਇਹਨਾਂ ਨੂੰ ਇਹਦੇ 'ਚ ਹੋਰ ਮੁੰਡਾ ਸਾਡੇ ਮੁਲਾਜ਼ਮ ਆਏ ਸੀ, ਉਹਨੂੰ ਫੋਨ ਆਇਆ ਵੀ ਯਾਰ ਇੱਦਾਂ ਦਾ ਮੁੰਡਾ ਹੈਗਾ, ਉਹ ਸਾਡੇ ਮੈਕਸੀਮਮ ਨੰਬਰ ਆਲੇ ਵਾਲੇ ਹੁੰਦੇ ਸਾਰੇ ਪੰਜਾਬ 'ਚ। ਅਸੀਂ ਮੈਂ ਉਹਨੂੰ ਤਾਲਮੇਲ ਕੀਤਾ, ਮੈਂ ਇਹਨਾਂ ਗੱਲ ਕੀਤੀ, ਮੈਂ ਕਿਹਾ ਵੀਡੀਓ ਕਾਨਫਰੰਸ ਕਰਾ ਕੇ ਮੈਂ ਗੱਲ ਵੀ ਕੀਤੀ ਆ, ਮੈਂ ਬੱਚੇ ਨਾਲ, ਬੱਚੇ ਨਾਲ, ਕਿਉਂਕਿ ਤਾਂ ਹੀ ਭੇਜਿਆ ਮੈਂ ਇਹਨੂੰ, ਬੰਦੇ ਕਿਉਂ ਭੇਜਣ, ਫਿਰ ਮੈਂ ਇਹਨਾਂ ਨੂੰ ਬੁਲਾਇਆ ਨਾਲ, ਇਸ ਜਰਨੈਲ ਸਿੰਘ ਮੇਰਾ ਗਿਆ ਜਾ ਕੇ, ਫਿਰ ਉੱਥੋਂ ਅਸੀਂ ਇਹਨੂੰ ਲੈ ਕੇ, ਇਹ ਘਰ ਛਾਬੀ ਲੈਂਦਾ ਸੀ। ਫਿਰ ਇਹਨੂੰ ਲੈਣ ਤੋਂ ਬਾਅਦ ਅਸੀਂ ਫਿਰ ਇਹਨੂੰ ਜਿਹੜਾ ਸਾਡੀ ਕੌਮ CWC ਇੱਕ ਚਾਇਲਡ ਵੈਲਫੇਅਰ ਕਮੇਟੀ ਆ, ਉਹਨੇ ਪੇਸ਼ ਕੀਤਾ, ਜੋ ਪੇਸ਼ ਕਰਕੇ ਮਾਂ ਬਾਪ ਦੇ ਹਵਾਲੇ ਕਰ ਦਿਆ ਸੀ। ਉਹ ਨਹੀਂ ਵੀਰੇ, ਇਹ 7 ਤਰੀਕ ਨੂੰ ਮਤਲਬ ਜੀ ਦਿਨ ਐਤਵਾਰ ਸੀ, ਖੇਡ ਰਿਹਾ ਸੀਗਾ, ਖੇਡਦੇ ਖੇਡਦੇ ਪਤਾ ਨਹੀਂ ਕੀ ਮਨ 'ਚ ਹੈ, ਇਹਦੇ ਜਿਵੇਂ ਉਹਨੂੰ ਪੁੱਛ ਕੇ ਪਤਾ ਲੱਗਿਆ ਦਰਬਾਰ ਸਾਹਿਬ ਵੱਗ ਗਿਆ ਸੀਗਾ, ਪਰ ਸਾਨੂੰ ਇੰਨਾ ਬਣਾ ਕਿਸੇ ਨੂੰ ਦੱਸ ਕੇ ਨਹੀਂ ਗਿਆ, ਇਸ ਕਰਕੇ ਅਸੀਂ ਲੱਭਦੇ ਭਾਲਦੇ ਰਹੇ, ਦਰਖਾਸਤ ਵੀ ਲਗਾਈ, ਸਭ ਕੁਛ ਕਰਿਆ, ਪੁਰਸਕਾਰ ਵੀ ਵਧੀਆ ਹੋਈ ਜਾਣੀ ਚਾਹੀਦੀ, ਉਹਦੇ ਵਿੱਚ ਸਾਨੂੰ ਇਹਨਾਂ ਨੂੰ ਗਾਹਾਂ 'ਤੇ ਗਾਹਾਂ ਪਤਾ ਲੱਗਿਆ ਨਾ, ਫੋਨ ਵੀ ਆਇਆ ਦਰਬਾਰ ਸਾਹਿਬ ਤੋਂ, ਫਿਰ
ਇਨਕੁਆਇਰੀ ਕਹਾਂਗੇ ਇਹ ਸਾਰਾ ਨਾਲ ਗਏ ਸੀਗੇ ਆਪਣੇ ਜਿਹੜਾ ਸਰ ਕਿੰਨੇ ਕੁ ਸਾਲ ਦੀ ਉਮਰ ਦਾ ਬੱਚਾ 12 ਕੁ ਸਾਲ ਦਾ ਬੱਚਾ ਜੀ ਅਤੇ ਘਰੇ ਕੁਛ ਦੱਸ ਕੇ ਨਹੀਂ ਗਏ ਫਿਰ ਨਹੀਂ ਕੁਛ ਨਹੀਂ ਦੱਸ ਕੇ ਗਿਆ ਇਹ ਦਰਬਾਰ ਸਾਹਿਬ ਤੋਂ ਮਿਲੇ ਕਿੰਨੇ ਦਿਨ ਬਾਅਦ ਮਿਲੇ ਇਹ ਤਕਰੀਬਨ ਹਫ਼ਤੇ ਮਗਰੋਂ ਮਿਲੇ ਜੀ